ਪੰਜਾਬ ਦੇ ਰਾਜਪਾਲ ਵੱਲੋਂ ਵਿਧਾਨ ਸਭਾ ਇਜਲਾਸ ਨੂੰ ਮਨਜ਼ੂਰੀ ਦੇ ਦਿੱਤੀ ਗਈ। ਦੱਸ ਦੇ ਕਿ 2 ਸਤੰਬਰ ਤੋਂ 4 ਸਤੰਬਰ ਤੱਕ ਇਹ ਵਿਧਾਨ ਸਭਾ ਦਾ ਇਜਲਾਸ ਜੋ ਕਿ ਚੱਲੇਗਾ। ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਜਲਾਸ ਨੂੰ ਲੈ ਕੇ ਜਾਣਕਾਰੀ ਦਿੱਤੀ ਸੀ ਤਾਂ ਪੰਜਾਬ ਦੇ ਰਾਜਪਾਲ ਜਿਨ੍ਹਾਂ ਵੱਲੋਂ ਇਸ ਇਜਲਾਸ ਨੂੰ ਲੈ ਕੇ ਮਨਜ਼ੂਰੀ ਦੇ ਦਿੱਤੀ ਗਈ ਹੈ। 3 ਦਿਨਾਂ ਦੇ ਲਈ ਇਹ ਸੈਸ਼ਨ ਜੋ ਕਿ ਚੱਲੇਗਾ ਇਸ ਨੂੰ ਮਨਜ਼ੂਰੀ ਵੀ ਹੁਣ ਮਿਲ ਚੁੱਕੀ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾ ਜਿਨ੍ਹਾਂ ਵੱਲੋਂ ਇਸ ਇਜਲਾਸ ਨੂੰ ਲੈ ਕੇ ਜਾਣਕਾਰੀ ਸਾਂਝਾ ਕੀਤੀ ਗਈ ਸੀ। ਪੰਜਾਬ ਕੈਬਨਿਟ ਨੇ 14 ਅਗਸਤ ਨੂੰ ਸੈਸ਼ਨ ਦੇ ਵਿੱਚ ਇਸ ਨੂੰ ਲੈ ਕੇ ਮਨਜ਼ੂਰੀ ਦਿੱਤੀ ਸੀ। ਸੰਧਵਾ ਨੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਬੋਰਡ ਦੇ ਅਧਿਕਾਰੀਆਂ ਨੂੰ 3 ਮਹੀਨਿਆਂ ਦੇ ਵਿੱਚ ਸਮੱਸਿਆ ਦੇ ਹੱਲ ਦਾ ਭਰੋਸਾ ਵੀ ਦਿੱਤਾ ਗਿਆ ਤਾਂ ਪੰਜਾਬ ਦੇ ਰਾਜਪਾਲ ਵੱਲੋਂ ਵਿਧਾਨ ਸਭਾ ਇਜਲਾਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। 2 ਸਤੰਬਰ ਤੋਂ 4 ਸਤੰਬਰ ਤੱਕ ਇਹ ਜੋ ਵਿਧਾਨ ਸਭਾ ਦਾ ਇਜਲਾਸ ਚੱਲੇਗਾ ਤਾਂ ਇਸ ਨੂੰ ਮਨਜ਼ੂਰੀ ਹੁਣ ਮਿਲ ਚੁੱਕੀ ਹੈ। ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਨੂੰ ਗਵਰਨਰ ਪੰਜਾਬ ਦੇ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ। ਇਸ ਵਕਤ ਮੇਰੇ ਨਾਲ ਕੁਲਤਾਰ ਸਿੰਘ ਸੰਧਵਾ ਜੀ, ਸਪੀਕਰ ਪੰਜਾਬ ਵਿਧਾਨ ਸਭਾ ਨੇ। ਸਪੀਕਰ ਸਾਹਿਬ, ਸਵਾਗਤ ਹੈ ਜੀ ਪੰਜਾਬ ਹਰਿਆਣਾ ਹਿਮਾਚਲ ਦੇ। ਥੈਂਕ ਯੂ, ਬਹੁਤ ਧੰਨਵਾਦ। ਪਹਿਲੀ ਫਾਈਲ ਗਈ ਸੀਗੀ, ਸੁੱਖੀ ਸਾਂਦੀ ਵਾਪਸ ਆ ਗਈ ਹੈ। ਪੁਰਾਣੀਆਂ ਫਾਈਲਾਂ 'ਚ ਦਿੱਕਤਾਂ ਕਾਫੀ ਆ ਜਾਂਦੀਆਂ ਸੀਗੀਆਂ, ਲੱਗਦਾ ਕਿ ਗੁਲਾਬ ਚੰਦ ਕਟਾਰੀਆ ਜੀ ਦੀ ਮਹਿਕ ਹੈ ਜਿਹੜੀ ਉਹ ਫੈਲਣੀ ਸ਼ੁਰੂ ਹੋ ਚੁੱਕੀ ਹੈ। ਦੇਖੋ, ਇਹ ਬੜਾ ਜ਼ਰੂਰੀ ਹੁੰਦਾ ਜਿਹੜਾ ਸਰਕਾਰ ਔਰ ਗਵਰਨਰ ਸਾਹਿਬ ਦੇ ਵਿੱਚ ਤਾਲਮੇਲ ਹੋਵੇ, ਠੀਕ ਬੋਨਹੋਮੀ ਹੋਵੇ। ਸੋ ਉਹ ਉਹਨਾਂ ਨੇ ਦਿਖਾਈ ਹੈ, ਅਸੀਂ ਧੰਨਵਾਦੀ ਹਾਂ ਮਹਾਮਹਿਮ ਗਵਰਨਰ ਸਾਹਿਬ ਦੇ, ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਦੇ। ਉਹਨਾਂ ਨੇ ਸਮੇਂ ਰਹਿੰਦੇ ਕਰਕੇ ਭੇਜ ਦਿੱਤਾ, ਹਾਲਾਂਕਿ ਉਹਨਾਂ ਨੇ ਬਾਹਰ ਵੀ ਜਾਣਾ ਸੀ। ਸੋ ਮੈਂ ਉਹਨਾਂ ਦਾ ਧੰਨਵਾਦੀ ਹਾਂ। 2-3-4 ਦਿਨਾਂ ਦੇ ਲਈ ਸੈਸ਼ਨ ਬੁਲਾਇਆ ਜਾ ਰਿਹਾ ਹੈਗਾ, ਲੱਗਦਾ ਕਿ ਸੈਸ਼ਨ ਨੂੰ ਹੋਰ ਲੰਬਾ ਖਿੱਚਣਾ ਚਾਹੀਦਾ ਸੀਗਾ, ਕਿਉਂਕਿ ਡਿਮਾਂਡ ਅਕਸਰ ਵਿਰੋਧੀ ਧਿਰਾਂ ਦੀ ਵੀ ਰਹਿੰਦੀ ਹੈ, ਸੱਤਾ ਧਿਰ ਦੀ ਵੀ ਰਹਿੰਦੀ ਹੈ ਕਿ ਵੱਧ ਤੋਂ ਵੱਧ MLA ਨੂੰ ਬੋਲਣ ਦਾ ਮੌਕਾ ਮਿਲੇ, ਵੱਧ ਤੋਂ ਵੱਧ ਸਵਾਲ ਹੈ ਜਿਹੜੇ ਉਹ ਲਗਾਏ ਜਾ ਸਕਣ, ਵੱਖ ਵੱਖ ਮੁੱਦਿਆਂ 'ਤੇ ਚਰਚਾ ਹੋ ਸਕੇ। ਦੇਖੋ, ਸਾਡੇ ਮਾਣਯੋਗ ਵਿਧਾਇਕ ਸਭਾ ਨੂੰ ਇਸ ਤਰ੍ਹਾਂ ਦੀ ਸ਼ਿਕਾਇਤ ਦਾ ਮੌਕਾ ਤਾਂ ਨਹੀਂ ਦਿੰਦਾ ਮੈਂ, ਸਾਰਿਆਂ ਨੂੰ ਬੁਲਾਈਦਾ, ਸਾਰੇ ਮੁੱਦੇ ਡਿਸਕਸ ਕੀਤੇ ਜਾਂਦੇ ਆ। ਸੈਸ਼ਨ ਵਧਾਉਣਾ ਨਹੀਂ ਵਧਾਉਣਾ ਇਹ ਬਿਜ਼ਨਸ ਐਡਵਾਈਜ਼ਰੀ ਕਮੇਟੀ ਨੇ ਡਿਸਾਈਡ ਕਰਨਾ ਹੁੰਦਾ, ਜੇ ਬਿਜ਼ਨਸ ਵੱਧਾ ਗਿਆ ਤਾਂ ਵੱਧੇਗਾ। ਸਪੀਕਰ ਦੀ ਜ਼ਿੰਮੇਵਾਰੀ ਬਾਅਦ 'ਚੋਂ ਹੈ, ਪਹਿਲਾਂ ਇੱਕ ਜ਼ਿੰਮੇਵਾਰੀ ਕੋਟਕਪੁਰਾ ਦੇ MLA ਦੀ ਹੈ ਜਿਹੜੀ ਤੁਸੀਂ ਨਿਭਾ ਰਹੇ ਹੋ, ਤਾਂ ਅੱਜ ਕੋਟਕਪੁਰਾ ਦੇ MLA ਦੇ ਤੌਰ 'ਤੇ ਕਹਿ ਲਈਏ ਕਿ ਇੱਕ ਜਿਹੜੇ ਕੰਮ ਸੀਗੇ ਆਪਣੇ ਹਲਕੇ ਦੇ ਕੰਮਾਂ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਅਧਿਕਾਰੀਆਂ ਦੇ ਨਾਲ, ਵਾਟਰ ਸਪਲਾਈ ਹੋ ਗਿਆ, ਸੀਵਰੇਜ ਹੋ ਗਿਆ, ਕਾਫੀ ਟਾਈਮ ਦੀ ਸਮੱਸਿਆ ਆ ਰਹੀ ਸੀ, ਕਹਿੰਦੇ 150-150 ਦਿਨ ਪਾਣੀ ਨਹੀਂ ਆ ਰਿਹਾ ਕੋਟਕਪੁਰੇ ਦੇ ਵਿੱਚ, ਇਸ ਸਮੱਸਿਆ ਦਾ ਕੋਈ ਹੱਲ ਅੱਜ ਨਿਕਲ ਪਾਇਆ ਹੈਗਾ? ਉਹਦੇ ਲਈ ਮੈਂ ਕਾਫੀ ਦੇਰ ਤੋਂ ਲੱਗਿਆ ਹੋਇਆ ਔਰ ਬੜੀ ਡਿਟੇਲਡ ਅੱਜ ਇੱਕ ਹਾਇਰ ਅਫਸਰ ਨਾਲ ਮੀਟਿੰਗ ਕੀਤੀ ਹੈ ਔਰ ਇਹਦੇ ਲਈ ਇੱਕ ਰੋਡ ਮੈਪ ਤਿਆਰ ਕੀਤਾ ਸੀ। ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਵੀ ਦਿਖਾਵਾਂਗੇ। ਇਹ ਬੜਾ ਸ਼ਿੱਦਤ ਨਾਲ ਲੱਗੇ ਹੋਏ ਆ, ਕਿਉਂਕਿ ਪਾਣੀ ਦੇ ਬੇਸਿਕ ਲੋੜ ਹੈ ਨਾ, ਬਿਜਲੀ, ਪਾਣੀ, ਸਿਹਤ, ਸੜਕ, ਸਿੱਖਿਆ, ਇਹ ਬੇਸਿਕ ਲੋੜਾਂ ਔਰ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ 'ਚ ਇਹਨਾਂ ਚੀਜ਼ਾਂ 'ਤੇ ਕੰਮ ਕੀਤਾ ਔਰ ਲੋਕਾਂ ਨੇ ਉਹਨਾਂ ਨੂੰ ਪਿਆਰ ਕੀਤਾ, ਤਾਂ ਹੀ ਪੰਜਾਬ ਦੇ ਵਿੱਚ ਫਿਰ ਉਹਨਾਂ ਦੀ ਸੋਚ ਨੇ ਜ਼ੋਰ ਫੜਿਆ। ਇੱਥੇ ਵੀ ਸਰਕਾਰ ਲੱਗੀ ਹੋਈ ਹੈ, ਭਗਵੰਤ ਮਾਨ ਜੀ ਲੱਗੇ ਹੋਏ ਆ, ਸੋ ਅਸੀਂ ਕਿਉਂ ਆਪਦੇ ਹਲਕੇ 'ਚ ਪਿੱਛੇ ਰਹੀਏ, ਫਿਰ ਅਸੀਂ ਵੀ ਕਰਨਾ ਜੀ। ਕੀ ਅਧਿਕਾਰੀਆਂ ਨਾਲ ਗੱਲਬਾਤ ਹੋਈ, ਉਹਨਾਂ ਦੇ ਵੱਲੋਂ ਕੀ ਤੁਹਾਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ, ਕਦੋਂ ਤੱਕ ਮਾਮਲਿਆਂ ਦੇ ਹੱਲ ਹੈ ਜਿਹੜੇ ਉਹ ਸਾਹਮਣੇ ਆ ਜਾਣਗੇ? ਮੇਰੇ ਖਿਆਲ 3 ਮਹੀਨੇ ਦੇ ਵਿੱਚ ਅਸੀਂ ਜਿਹੜਾ ਇਹਦਾ ਰਿਜ਼ਲਟ ਲੈ ਆਵਾਂਗੇ, ਕੰਮ ਸ਼ੁਰੂ ਕਰ ਲਾਂਗੇ। ਵੱਡਾ ਪ੍ਰੋਜੈਕਟ ਹੈ, ਉਹਦੇ ਮਗਰ ਲੱਗੇ ਹੋਏ ਆ, ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਮਦਦ ਲਵਾਂਗੇ ਅਤੇ ਇਹਨੂੰ ਠੀਕ ਕਰ ਲਾਂਗੇ। ਬਹੁਤ ਅਪਗ੍ਰੇਡ ਕੀਤਾ ਜਾਏਗਾ, ਕੀ ਕੁਝ ਨਵਾਂ ਹੋਏਗਾ ਇਸ ਦੇ ਵਿੱਚ? ਦੇਖੋ, ਉੱਥੇ ਜਿਹੜੀ ਐਗਜਿਸਟਿੰਗ ਫੈਸਿਲਿਟੀ ਆ ਉਹਨੂੰ ਅਪਗ੍ਰੇਡ ਕਰਾਂਗੇ, ਪੁਰਾਣਾ ਜਿੱਥੇ ਜਿਹੜੀਆਂ ਲਾਈਨਿੰਗਸ ਆ ਸਪਲਾਈ ਲਾਈਨ ਦਾ ਖਰਾਬ ਹੋ ਗਈਆਂ ਉਹਨਾਂ ਨੂੰ ਰਿਪੇਅਰ ਕਰਾਂਗੇ,
ਜਿਹੜੀਆਂ ਨਵੀਆਂ ਜਿਹੜੇ ਕਨੈਕਸ਼ਨ ਦੇਣੇ ਆ ਉਹਨਾਂ ਦੀ ਕਰਾਂਗੇ। ਸੋ ਲੱਗੇ ਹੋਏ ਹਾਂ ਅਸੀਂ। ਦੂਜੇ ਪਾਸੇ ਸਰ, ਇੱਕ ਡਾਕਟਰ ਸੁੱਖੀ ਜਿਹੜੇ ਬੰਗਾ ਤੋਂ ਐੱਮ ਐੱਲ ਏ ਆ, ਸ਼੍ਰੋਮਣੀ ਅਕਾਲੀ ਦਲ ਦੇ ਐੱਮ ਐੱਲ ਏ ਸੀ, ਪਰ ਹੁਣ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਚੁੱਕੇ ਹੈ, ਤਾਂ ਬਹੁਤ ਸਾਰੇ ਲੋਕ ਕਹਿ ਰਹੇ ਐਂਟੀ ਡਿਫੈਕਸ਼ਨ ਲਾਅ ਉਹਨਾਂ 'ਤੇ ਲੱਗਣਾ ਚਾਹੀਦਾ ਹੈਗਾ। ਐਚ ਸੀ ਅਰੋੜਾ ਐਡਵੋਕੇਟ ਨੇ, ਉਹਨਾਂ ਦੇ ਵੱਲੋਂ ਇੱਕ ਪਬਲਿਕ ਨੋਟਿਸ ਵੀ ਉਹਨਾਂ ਨੂੰ ਭੇਜਿਆ ਗਿਆ ਕਿ 2 ਹਫ਼ਤਿਆਂ ਦੇ ਅੰਦਰ ਅਸਤੀਫਾ ਦਿਓ ਕਿਉਂਕਿ ਤੁਸੀਂ ਆਪਣਾ ਪਾਲਾ ਜਿਹੜਾ ਉਹ ਚੇਂਜ ਕਰ ਚੁੱਕੇ। ਦੇਖੋ, ਉਹਦੇ ਲਈ ਜਿਹੜੀ ਜੋ ਕਾਨੂੰਨ ਅਨੁਸਾਰ ਪ੍ਰਾਵਧਾਨ ਬਣੇ ਆ ਵਿਧਾਨ ਸਭਾ ਦੀ ਕਾਰਜਵਿਧੀ ਸੰਚਾਲਨ ਵਿਧੀ 'ਤੇ, ਉਹਦੇ ਅਨੁਸਾਰ ਕਾਰਵਾਈ ਕਰਨੀ ਬਣਦੀ ਹੈ ਔਰ ਬਣਾਂਗੇ, ਕਰਾਂਗੇ। ਸਪੀਕਰ ਸਾਹਿਬ ਸਿੱਧੇ ਕੋਈ ਕਾਰਵਾਈ ਕਰ ਸਕਦੇ ਆ ਜਾਂ ਵਿਰੋਧੀ ਧਿਰਾਂ ਦੇ ਵੱਲੋਂ ਕੋਈ ਸ਼ਿਕਾਇਤ ਆਉਣ ਦਾ ਕਾਰਨ ਹੁੰਦਾ ਜਾਂ ਵਿਰੋਧੀ ਧਿਰਾਂ ਦੇ ਵੱਲੋਂ ਕੋਈ ਸ਼ਿਕਾਇਤ ਆਉਣੀ ਜ਼ਰੂਰੀ ਹੁੰਦੀ ਹੈ? ਉਹ ਹਰ ਤਰ੍ਹਾਂ ਦੇ ਜਿਹੜੇ ਪ੍ਰੋਵੀਜ਼ਨ ਦਿੱਤੇ ਗਏ ਨੇ, ਜੋ ਉਹਨਾਂ ਨੂੰ ਠੀਕ ਲੱਗੇਗਾ ਉਹ ਕਰਨਗੇ, ਜੋ ਚੇਅਰ ਨੂੰ ਠੀਕ ਲੱਗੇਗਾ ਚੇਅਰ ਵੱਲੋਂ ਕੀਤਾ ਜਾਏਗਾ ਜੀ। ਕਿਉਂਕਿ ਪਿਛਲੇ ਸਪੀਕਰਾਂ ਦੇ ਵਿੱਚ ਇੱਕ ਚੀਜ਼ ਦੇਖਣ ਨੂੰ ਮਿਲਦੀ ਸੀ, ਕਹਿੰਦੇ ਜੀ 5 ਸਾਲ ਇਹਦੀ ਲੰਘਾਤੇ, ਤੁਹਾਡੇ ਵੀ ਯਾਦ ਹੋਏਗਾ ਤੁਸੀਂ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਲੈ ਕੇ ਮਿਲਦੇ ਰਹੇ ਹੋ ਰਾਣਾ ਜੀ ਨੂੰ। ਜਿਹੜਾ ਪ੍ਰੋਸੀਜਰ ਉਹ ਤਾਂ ਫੋਲੋ ਕਰਨਾ ਹੀ ਆ ਨਾ ਜੀ, ਇਹ ਕੋਈ ਨਿੱਕੀ ਜਿਹੀ ਗੱਲ ਤਾਂ ਹੈ ਨਹੀਂ ਵੀ ਸਵਿੱਚ ਆਫ ਕਰਤੀ ਲਾਈਟ ਬੰਦ ਹੋ ਗਈ, ਸਵਿੱਚ ਆਨ ਕਰਤੀ ਲਾਈਟ ਚੱਲ ਗਈ, ਇਹ ਨਹੀਂ, ਪ੍ਰੋਸੀਜਰ ਅਡਾਪਟ ਕਰਨਾ ਹੁੰਦਾ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਜੀ। ਸੋ ਗੱਲਬਾਤ ਕਰ ਰਹੇ ਸੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਨਾਲ, ਤਾਂ ਕਹਿੰਦੇ ਪ੍ਰੋਸੀਜਰ ਆ ਜਿਹੜਾ ਉਹ ਫੋਲੋ ਕੀਤਾ ਜਾਏਗਾ ਔਰ ਕੋਟਕਪੁਰਾ ਦੀ ਜਿਹੜੀ ਪ੍ਰੋਬਲਮ ਹੈ 3 ਤੋਂ 4 ਮਹੀਨਿਆਂ ਦੇ ਅੰਦਰ ਉਸ ਚੀਜ਼ ਦਾ ਵੀ ਹੱਲ ਕੱਢਿਆ ਜਾਏਗਾ ਕਿ ਚਾਹੇ ਸੀਵਰੇਜ ਦੀ ਪ੍ਰੋਬਲਮ ਹੈ, ਚਾਹੇ ਵਾਟਰ ਸਪਲਾਈ ਦੀ ਪ੍ਰੋਬਲਮ ਹੈ, ਉਸ ਨੂੰ ਹੱਲ ਕਰਕੇ ਜਿਹੜੀ ਕਪੈਸਿਟੀ ਹੈ ਵਾਟਰ ਵਰਕ ਦੀ ਪਹਿਲਾਂ ਦੇ ਨਾਲੋਂ ਕਿਤੇ ਜ਼ਿਆਦਾ ਵਧਾਈ ਜਾਏਗੀ। ਕੈਮਰਾਮੈਨ ਅਸ਼ਵਨੀ ਦੇ ਨਾਲ ਰੋਹਿਤ ਬੰਸਲ, ਜ਼ੀ ਮੀਡੀਆ, ਚੰਡੀਗੜ੍ਹ। ਪੰਜਾਬ ਦੇ ਰਾਜਪਾਲ ਵੱਲੋਂ ਵਿਧਾਨ ਸਭਾ ਇਜਲਾਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਦੱਸਦੇ ਕਿ 2 ਸਤੰਬਰ ਤੋਂ 4 ਸਤੰਬਰ ਤੱਕ ਇਹ ਵਿਧਾਨ ਸਭਾ ਦਾ ਇਜਲਾਸ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਜਲਾਸ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਪੰਜਾਬ ਕੈਬਨਿਟ ਨੇ 14 ਅਗਸਤ ਨੂੰ ਸੈਸ਼ਨ ਨੂੰ ਮਨਜ਼ੂਰੀ ਦਿੱਤੀ ਸੀ। ਸੰਧਵਾ ਨੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ। ਬੋਰਡ ਦੇ ਅਧਿਕਾਰੀਆਂ ਨੂੰ 3 ਮਹੀਨਿਆਂ ਦੇ ਵਿੱਚ ਸਮੱਸਿਆ ਦੇ ਹੱਲ ਦਾ ਭਰੋਸਾ ਵੀ ਦਿੱਤਾ ਹੈ। ਪੰਜਾਬ ਦੇ ਰਾਜਪਾਲ ਵੱਲੋਂ ਵਿਧਾਨ ਸਭਾ ਇਜਲਾਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਖਬਰ ਤੇ ਵਧੇਰੇ ਗੱਲਬਾਤ ਲਈ ਸਾਡੇ ਸਹਿਯੋਗੀ ਰੋਹਿਤ ਬੰਸਲ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਤਾਂ ਰੋਹਿਤ ਜੀ, ਕੀ ਕੁਝ ਪੂਰਾ ਅਪਡੇਟ ਇਸ ਮਾਮਲੇ ਤੇ ਆ ਰਿਹਾ ਹੈ? 2 ਸਤੰਬਰ ਤੋਂ 4 ਸਤੰਬਰ ਤੱਕ ਜੋ ਇਹ ਇਜਲਾਸ ਸੱਦਿਆ ਗਿਆ, ਇਸ ਨੂੰ ਮਨਜ਼ੂਰੀ ਹੁਣ ਰਾਜਪਾਲ ਵੱਲੋਂ ਵੀ ਦੇ ਦਿੱਤੀ ਗਈ, ਕੀ ਕੁਝ ਅਹਿਮ ਅਪਡੇਟ? ਦੇਖੋ, ਜਦੋਂ ਕੋਈ ਵੀ ਵਿਧਾਨ ਸਭਾ ਦਾ ਸੈਸ਼ਨ, ਨਵਾਂ ਸੈਸ਼ਨ ਕਾਲ ਕਰਨਾ ਹੁੰਦਾ ਤਾਂ ਉਸ ਤੋਂ ਪਹਿਲਾਂ ਜਿਹੜੀ ਪੰਜਾਬ ਦੀ ਕੈਬਨਿਟ ਹੈ, ਪਹਿਲਾਂ ਉਹ ਮਨਜ਼ੂਰੀ ਜਿਹੜੀ ਉਹ ਸੈਸ਼ਨ ਨੂੰ ਦਿੰਦੀ ਹੈ ਔਰ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਜਿਹੜਾ ਸੰਸਦੀ ਡਿਪਾਰਟਮੈਂਟ ਹੈਗਾ ਉਸਦੇ ਵੱਲੋਂ ਇੱਕ ਨੋਟਿਸ ਹੈ ਜਿਹੜਾ ਉਹ ਭੇਜਿਆ ਜਾਂਦਾ ਪੰਜਾਬ ਵਿਧਾਨ ਸਭਾ ਨੂੰ। ਪੰਜਾਬ ਵਿਧਾਨ ਸਭਾ ਨੂੰ ਜਦੋਂ ਉਹ ਕਾਰਵਾਈ ਦਾ ਨੋਟਿਸ ਮਿਲਦਾ ਤਾਂ ਉਸ ਤੋਂ ਬਾਅਦ ਉਹ ਅੱਗੇ ਭੇਜਿਆ ਜਾਂਦਾ ਗਵਰਨਰ ਪੰਜਾਬ ਨੂੰ। ਗਵਰਨਰ ਪੰਜਾਬ ਨੇ ਉਸ ਤੋਂ ਬਾਅਦ ਮਨਜ਼ੂਰੀ ਦੇਣੀ ਹੁੰਦੀ ਹੈ ਉਸ ਸੈਸ਼ਨ ਨੂੰ, ਔਰ ਮਨਜ਼ੂਰੀ ਮਿਲਣ ਤੋਂ ਬਾਅਦ ਜਿਹੜੀ ਇੱਕ ਚਿੱਠੀ ਹੈ ਉਹ ਚਿੱਠੀ ਆਉਂਦੀ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ, ਔਰ ਸਪੀਕਰ ਉਸ ਤੋਂ ਬਾਅਦ ਤਮਾਮ MLA ਨੂੰ ਇੱਕ ਚਿੱਠੀ ਜਾਰੀ ਕਰਦਾ ਕਿ 2 ਤਰੀਕ ਨੂੰ ਜਾਂ ਜਿੰਨੀ ਵੀ ਤਰੀਕ ਉਸ 'ਤੇ ਨਿਸ਼ਚਿਤ ਕੀਤੀ ਗਈ ਹੈ 19 ਤਰੀਕ ਨੂੰ ਜਿਹੜਾ ਸੈਸ਼ਨ ਹੈ ਉਹ ਬੁਲਾਇਆ ਜਾ ਰਿਹਾ ਔਰ 9 ਵਜੇ ਪਹੁੰਚਣਾ ਹੈਗਾ। ਉਹ ਸਮਾਂ ਜਿਹੜਾ ਉਹ ਨਿਰਧਾਰਿਤ ਕੀਤਾ ਜਾਂਦਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ। ਤਾਂ ਹੁਣ ਗੁਲਾਬ ਚੰਦ ਕਟਾਰੀਆ ਦੇ ਕੋਲ ਜਿਹੜੀ ਪਹਿਲੀ ਫਾਈਲ ਇੱਕ ਤਰੀਕੇ ਦੀ ਕਹਿ ਸਕਦੇ ਹਾਂ ਕਿ ਵਿਧਾਨ ਸਭਾ ਸੈਸ਼ਨ ਬੁਲਾਉਣ ਨੂੰ ਲੈ ਕੇ ਗਈ ਸੀ, ਉਸਦੀ ਮਨਜ਼ੂਰੀ ਹੈ ਜਿਹੜੀ ਉਹ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਦੇ ਦਿੱਤੀ ਗਈ ਹੈ ਤੇ 2 ਤੋਂ ਲੈ ਕੇ 4 ਸਤੰਬਰ ਤੱਕ 3 ਦਿਨਾਂ ਦਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਬੁਲਾਇਆ ਗਿਆ। ਇਸ ਤੋਂ ਬਾਅਦ ਇੱਕ ਬਿਜ਼ਨਸ ਐਡਵਾਈਜ਼ਰੀ ਕਮੇਟੀ ਹੁੰਦੀ ਹੈ ਕਿ ਜਿਹੜਾ ਬਿਜ਼ਨਸ ਦਾ ਮਤਲਬ ਹੈ ਕਿ ਕੰਮਕਾਜ ਵਿਧਾਨ ਸਭਾ ਦੇ ਅੰਦਰ ਕੀ ਹੋਣਾ, ਜਿਸ ਦੇ ਵਿੱਚ ਵਿਰੋਧੀ ਧਿਰ ਦੇ MLA, ਲੀਡਰ ਆਫ ਆਪੋਜੀਸ਼ਨ ਔਰ ਜਿਹੜੇ ਸਰਕਾਰ ਦੇ ਮੰਤਰੀ ਔਰ ਸਰਕਾਰ ਦੇ MLA ਹੁੰਦੇ ਆ ਉਹਨਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਤਾਂ ਉਹ ਦੇਖਦੇ ਆ ਕਿ ਕਿੰਨੇ ਬਿੱਲ ਲਿਆਂਦੇ ਜਾ ਰਹੇ ਆ, ਕਿੰਨੇ ਕਾਨੂੰਨ ਨਵੇਂ ਬਣਾਏ ਜਾ ਰਹੇ ਆ, ਕਿੰਨੇ ਸਵਾਲ ਲੱਗੇ ਹੋਏ ਆ, ਉਸ ਦੇ ਆਧਾਰ ਦੇ ਉੱਪਰ ਜਿਹੜੀ ਸੈਸ਼ਨ ਦੇ ਦਿਨ ਹੈ
ਜੇਕਰ ਲੋੜ ਲੱਗੇ ਤਾਂ ਹੋਰ ਵਧਾਉਣ ਦੀ ਲੋੜ ਲੱਗੇ ਤਾਂ ਉਹ ਵੀ ਵਧਾ ਦਿੱਤੇ ਜਾਂਦੇ, ਔਰ ਜੇਕਰ ਲੱਗੇ ਕਿ ਦਿਨ ਜ਼ਿਆਦਾ ਸੈਸ਼ਨ ਦੇ ਰੱਖ ਲਏ ਗਏ ਆ ਪਰ ਕੰਮ ਘਰ ਇੰਨਾ ਨਹੀਂ ਹੈ ਤਾਂ ਉਸ ਹਿਸਾਬ ਨਾਲ ਦਿਨ ਹੈ ਜਿਹੜੇ ਉਹ ਘਟਾ ਵੀ ਦਿੱਤੇ ਜਾਂਦੇ ਆ, ਤਾਂ ਜੇਕਰ ਜ਼ਰੂਰਤ ਹੋਈ ਤਾਂ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਸਲਾਹ ਤੋਂ ਬਾਅਦ ਜਿਹੜਾ ਕੋਈ ਵੀ ਕੰਮ ਕਾਰ ਦੇ ਦਿਨ ਹੈ ਉਹ ਵਧਾਏ ਜਾ ਸਕਦੇ ਆ, ਪਰ ਫਿਲਹਾਲ ਦੀ ਘੜੀ ਕੇਵਲ 3 ਦਿਨ ਦਾ ਜਿਹੜਾ ਸੈਸ਼ਨ ਹੈ ਉਹ ਬੁਲਾਇਆ ਜਾ ਰਿਹਾ। ਜੀ ਬਿਲਕੁਲ ਰੋਹਿਤ ਜੀ, ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਇਹ ਪਹਿਲੀ ਫਾਈਲ ਹੀ ਪਹੁੰਚਦੀ ਹੈ ਤਾਂ ਇਹ ਰਾਜਪਾਲ ਵੱਲੋਂ ਐਕਸੈਪਟ ਵੀ ਕਰ ਲਈ ਜਾਂਦੀ ਹੈ, ਕੀ ਕੁਝ ਲੱਗਦਾ? ਕਿਉਂਕਿ ਜੇ ਅਸੀਂ ਪਿਛਲੇ ਵਾਰ ਦਾ ਦੇਖੀਏ, ਜੋ ਬਨਵਾਰੀ ਲਾਲ ਪੁਰੋਹਿਤ ਸਾਬਕਾ ਰਾਜਪਾਲ ਸੀ ਉਹਨਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਖਿੱਟਪਿੱਟ ਜ਼ਰੂਰ ਰਿਸ਼ਤੇ ਦੇ ਵਿੱਚ ਨਜ਼ਰ ਆ ਰਹੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਪਹਿਲੀ ਫਾਈਲ ਹੀ ਪਹੁੰਚਦੀ ਹੈ ਵਿਧਾਨ ਸਭਾ ਨੂੰ, ਇਜਲਾਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਤਾਂ ਇਹ ਚੰਗੀ ਸ਼ੁਰੂਆਤ ਨਜ਼ਰ ਆ ਰਹੀ ਹੈ ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਦੇ ਵਿੱਚ? ਬਿਲਕੁਲ ਬਿਲਕੁਲ, ਜਿਸ ਤਰੀਕੇ ਦੇ ਨਾਲ ਸ਼ੁਰੂਆਤ ਹੋਈ ਹੈ ਤੇ ਇੱਕ ਚੰਗੀ ਸ਼ੁਰੂਆਤ ਜਾਪ ਰਹੀ ਹੈ, ਕਿਉਂਕਿ ਇਸ ਤੋਂ ਪਹਿਲਾਂ 3 ਜਿਸ ਤਰੀਕੇ ਦੇ ਨਾਲ ਸਟੇਟ ਦੇ ਸੂਚਨਾ ਕਮਿਸ਼ਨ ਲਾਉਣ ਦੀ ਗੱਲ ਹੋ ਗਈ, ਉਹਨਾਂ ਨੂੰ ਵੀ ਮਨਜ਼ੂਰੀ ਹੈ ਜਿਹੜੀ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਸਮੇਂ ਤੇ ਦੇ ਦਿੱਤੀ ਗਈ। ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਨੂੰ ਲੈ ਕੇ ਮਨਜ਼ੂਰੀ ਮੰਗੀ ਗਈ ਤਾਂ ਉਹ ਵੀ ਮਨਜ਼ੂਰੀ ਹੈ ਜਿਹੜੀ ਭੇਜ ਦਿੱਤੀ ਗਈ, ਪਰ ਇਸ ਤੋਂ ਪਹਿਲਾਂ ਜਦੋਂ ਬਨਵਾਰੀ ਲਾਲ ਪੁਰੋਹਿਤ ਪੰਜਾਬ ਦੇ ਗਵਰਨਰ ਸੀ ਤਾਂ ਉਸ ਸਮੇਂ ਬਜਟ ਸੈਸ਼ਨ ਬੁਲਾਉਣ ਦੇ ਲਈ ਇੱਕ ਪਰਮਿਸ਼ਨ ਭੇਜੀ ਜਾਂਦੀ ਆ, ਉਸ ਨੂੰ ਪੁੱਛਿਆ ਜਾਂਦਾ ਕੀ ਚੀਜ਼ਾਂ ਤੁਸੀਂ ਲੈ ਕੇ ਆ ਰਹੇ ਹੋਗੇ, ਔਰ ਉਹ ਸੈਸ਼ਨ ਬੁਲਾਉਣ ਦੀ ਜਿਹੜੀ ਮਨਜ਼ੂਰੀ ਹੈ ਉਹ ਨਹੀਂ ਦਿੱਤੀ ਜਾਂਦੀ ਹੈਗੀ। ਉਸ ਤੋਂ ਬਾਅਦ 3 ਫਾਈਨਾਂਸ ਦੇ ਨਾਲ ਜੁੜੇ ਹੋਏ ਬਿੱਲਾਂ ਨੂੰ ਜਦੋਂ ਭੇਜਿਆ ਜਾਂਦਾ ਤਾਂ ਉਹਨਾਂ ਨੂੰ ਲਟਕਾ ਦਿੱਤਾ ਜਾਂਦਾ, ਔਰ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਜਾਂਦਾ। ਇਸ ਤੋਂ ਬਾਅਦ 2 ਦਿਨ ਦਾ ਸਪੈਸ਼ਲ ਸੈਸ਼ਨ ਕਾਲ ਕੀਤਾ ਜਾਂਦਾ ਤਾਂ ਉਸ ਦੇ ਵਿੱਚ ਗਵਰਨਰ ਪੰਜਾਬ ਕਹਿੰਦੇ ਨੇ ਕਿ ਇਹ ਲੀਗਲ ਤੌਰ ਤੇ ਸਹੀ ਨਹੀਂ ਹੈ। ਇਸ ਤੋਂ ਬਾਅਦ 3 ਬਿੱਲ ਭੇਜੇ ਜਾਂਦੇ ਨੇ ਤਾਂ ਉਹ ਰਾਸ਼ਟਰਪਤੀ ਨੂੰ ਅੱਗੇ ਰਿਕਮੈਂਡ ਕਰ ਦਿੱਤੇ ਜਾਂਦੇ ਨੇ। ਇਹ ਤਮਾਮ ਉਹ ਚੀਜ਼ਾਂ ਸੀਗੀਆਂ ਜਿਨ੍ਹਾਂ ਚੀਜ਼ਾਂ ਨੂੰ ਲੈ ਕੇ ਗਵਰਨਰ ਵਰਸਿਸ ਮੁੱਖ ਮੰਤਰੀ ਦੇ ਵਿਚਕਾਰ ਇੱਕ ਖਸਾਸ ਸੀ ਜਿਹੜੀ ਉਹ ਪੈਦਾ ਹੁੰਦੀ ਦਿਖਾਈ ਦਿੱਤੀ, ਪਰ ਹੁਣ ਜਿਹੜੀ ਮਨਜ਼ੂਰੀ ਦਿੱਤੀ ਗਈ ਹੈ ਤਾਂ ਲੱਗ ਰਿਹਾ ਕਿ ਜਿਹੜਾ ਸੁਭਾਵਿਕ ਤੌਰ ਦੇ ਉੱਪਰ ਜਿਹੜੀ ਇੱਕ ਆਪਸੀ ਭਾਈਚਾਰੇ ਦੇ ਨਾਲ ਜਾਂ ਆਪਸੀ ਇੱਕ ਗੱਲਬਾਤ ਦੇ ਨਾਲ ਬਹੁਤ ਸਾਰੇ ਮਾਮਲੇ ਜਿਹੜੇ ਹੱਲ ਕੀਤੇ ਜਾ ਸਕਦੇ ਆ, ਔਰ ਫਿਲਹਾਲ ਦੀ ਘੜੀ ਇਹੀ ਚੀਜ਼ ਹੈ ਜਿਹੜੀ ਉਹ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਨਾਲ ਨਜ਼ਰ ਆ ਰਹੀ ਹੈ, ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਸੈਸ਼ਨ ਦੀ ਪਰਮਿਸ਼ਨ ਮੰਗੀ ਗਈ, ਔਰ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਜਿਹੜੀ ਪਹਿਲੇ ਨਜ਼ਰੀ ਜਿਹੜੀ ਉਹ ਪਰਮਿਸ਼ਨ ਦੇ ਉੱਪਰ ਮੋਹਰ ਲਗਾ ਕੇ ਫਾਈਲ ਹੈ ਜਿਹੜੀ ਉਹ ਵਾਪਸ ਭੇਜ ਦਿੱਤੀ ਗਈ। ਸਮੇਂ ਸਿਰ ਜਿਹੜਾ ਹੁਣ ਸੈਸ਼ਨ ਹੈ ਉਹ ਕਾਲ ਕੀਤਾ ਜਾਏਗਾ, ਔਰ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਪਰੇਸ਼ਾਨੀ ਹੈ ਜਿਹੜੀ ਉਹ ਗਵਰਨਰ ਪੰਜਾਬ ਦੇ ਵੱਲੋਂ ਆਉਂਦੀ ਹੋਈ ਦਿਖਾਈ ਨਹੀਂ ਦੇਗੀ। ਬਿਲਕੁਲ ਰੋਹਿਤ ਜੀ, ਫਿਲਹਾਲ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹਮ ਜਾਣਕਾਰੀ ਦਰਸ਼ਕਾਂ ਨਾਲ ਸਾਂਝਾ ਕੀਤੇ, ਤੇ ਉਮੀਦ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਇਹ ਬਿਨਾਂ ਸਮਾਂ ਬਰਬਾਦ ਕੀਤੇ ਇਹ ਸਾਰੀਆਂ ਚੀਜ਼ਾਂ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ, ਹੋ ਸਕਦਾ ਹੈ ਕਿ ਪੰਜਾਬ ਦੇ ਲਈ ਇਹਨਾਂ ਚੀਜ਼ਾਂ ਦੇ ਵਿੱਚ ਚੰਗੇ ਨਤੀਜੇ ਸਾਬਤ ਹੋਣ। ਤਾਂ ਫਿਲਹਾਲ ਲਈ ਰੋਹਿਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪੰਜਾਬ ਦੇ ਰਾਜਪਾਲ ਵੱਲੋਂ ਵਿਧਾਨ ਸਭਾ ਇਜਲਾਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਦੱਸ ਦਈਏ ਕਿ 2 ਸਪਤੰਬਰ ਤੋਂ 4 ਸਪਤੰਬਰ ਤੱਕ ਵਿਧਾਨ ਸਭਾ ਦਾ ਇਹ ਇਜਲਾਸ ਜੋ ਕਿ ਹੋਵੇਗਾ। ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਜਲਾਸ ਨੂੰ ਲੈ ਕੇ ਜਾਣਕਾਰੀ ਸਾਂਝਾ ਕੀਤੀ ਸੀ। ਪੰਜਾਬ ਕੈਬਨਿਟ ਨੇ 14 ਅਗਸਤ ਨੂੰ ਸੈਸ਼ਨ ਨੂੰ ਮਨਜ਼ੂਰੀ ਦਿੱਤੀ ਸੀ, ਤਾਂ ਹੁਣ ਪੰਜਾਬ ਦੇ ਰਾਜਪਾਲ ਵੱਲੋਂ ਵੀ ਵਿਧਾਨ ਸਭਾ ਇਜਲਾਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।